गाने की खासियत हैगी है कि गाना हैगा अरबन और पंजाबी गाना तो उदा पंजाबी ठेठ पंजाबी भी नहीं है कि होर कोई नहीं सुन पावे है ना। तो गाना साडा हैगा अरबन गाना पार्टी ट्रैक है तो मेरे रैप उच और भाई का गाना भाई गा रहे भाई इज़ अ यूएस आर्टिस्ट है यूएसए दे सो वधिया वधिया मतलब गाना बहुत घैंट है साडा है ना। वीडियो आप कर चलें परसों सरताज जी इस गाने से आपको संधु जी के साथ कैसे अपना संयोग बना साथ आने का? Well, actually, being from the hip hop culture जरा अपना है USA दा, ते साड़ी जी fusion company event planning company है, उन्होंने joint venture किता है, ते दिल संधु वीर जी नाल नाल अपना जरा triple P दी level है कि साड़ी, ते साड़ा पहला गाना इत्थे आके पूरा you know बना के production करके recording करके and हुन obviously video भी जा रहे हैं करन ते this is a very exciting time for us क्योंकि हम असी भी शो कर सकते हैं कि USA दे विच भी कितना पंजाबी फैले हुए थे कि यो लाइक कर देने and response is great on both sides इत्थे भी सानू response बढ़िया मिलता है जो शो करते हैं उत्थे भी बहुत बढ़िया मिलता है ते why not take it to the next level जिते हम दोनों नू join करके and come out with a hit you know ਤੁਹਾਡੇ ਹਿਸਾਬ ਨਾਲ ਇੱਕ ਗਾਣੇ ਦੀ ਯੂਐਸਪੀ ਕੀ ਹੋਏਗੀ ਅਪੀਲ ਪੁਆਇੰਟਸ ਕੀ ਹੋਣਗੇ? ਪੀ ਪੁਆਇੰਟਸ ਐਨ ਹੈ ਕਿ ਇੱਕ ਤਾਂ ਪੰਜਾਬੀ ਆਫ ਕੋਰਸ ਪੰਜਾਬੀ ਇਜ਼ ਇਨ ਦੇਅਰ ਐਂਡ ਅਰਬਨ ਨਾ ਅਰਬਨ ਦਾ ਕੀ ਹੈ ਕਿ ਜਿਹੜੇ ਯੂਥ ਨੇ ਉੱਥੇ ਦੇ ਉਹ ਵੀ ਸੁਣਦੇ ਨੇ ਸਾਰੀ ਮਿਊਜ਼ਿਕ ਜਿਹੜਾ ਵੀ ਨਵਾਂ ਗਾਣਾ ਇੱਥੇ ਨਿਕਲਦਾ ਹੈ ਪਹਿਲਾਂ ਉਹਨਾਂ ਨੂੰ ਮਿਲਦਾ ਹੈ ਅਤੇ ਉਹ ਦੇਖ ਕੇ ਮੇਰੇ ਜੇ ਨੀਸ ਨੈਫਿਊਜ਼ ਨੇ ਮੇਰੇ ਜੇ ਕਜ਼ਨ ਨੇ ਛੋਟੇ ਛੋਟੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਆਈਡੀਆਜ਼ ਲੈ ਕੇ ਫਿਰ ਅਸੀਂ ਅੱਗੇ ਚੱਲਦੇ ਹਾਂ ਸਮਟਾਈਮਸ ਕਿਉਂਕਿ ਤੁਹਾਨੂੰ ਜ਼ਰੂਰਤ ਹੈ ਕੋਈ ਤੁਹਾਨੂੰ ਦੱਸੇ ਕਿ ਕਿਹੜੀ ਕਮੀ ਹੈ ਤੁਹਾਡੇ ਵਿੱਚ ਜਾਂ ਕਿਹੜੇ ਵਿੱਚ ਤੁਸੀਂ ਵੱਧ ਸਕਦੇ ਹੋ ਕਿੱਥੇ ਘੱਟ ਸਕਦੇ ਹੋ ਤਾਂ ਉਹ ਓਪੀਨੀਅਨ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਐਟ ਦੀ ਐਂਡ ਆਫ ਦਾ ਡੇ ਅਸੀਂ ਆਪਣੇ ਫੈਨਸ ਵਾਸਤੇ ਅਤੇ ਫਰੈਂਡਸ ਵਾਸਤੇ ਹੀ ਕਰ ਰਹੇ ਹਾਂ ਸਾਰਾ। ਅੱਛਾ ਅੱਜ ਕੱਲ੍ਹ ਕਈ ਪੰਜਾਬੀ ਗਾਣੇ ਆ ਰਹੇ ਨੇ ਹਰ ਰੋਜ਼ ਅਮੂਮਨ ਪੰਜਾਬੀ ਗਾਣੇ ਆ ਰਹੇ ਨੇ ਟੂ ਸਟੈਂਡ ਆਊਟ ਇਹ ਗਾਣੇ 'ਚ ਕੀ ਕੁਛ ਤੁਸੀਂ ਆਪਣਾ ਨਇਆ ਪੇਸ਼ ਕੀਤਾ ਹੈਗਾ? ਨਇਆ ਦੇ ਵਿੱਚ ਹੈਗਾ ਆਪਣਾ ਇੱਕ ਤਾਂ ਆਪਾਂ ਰੈਪ ਜਿਹੜਾ ਮੇਰਾ ਉਹ ਬਹੁਤ ਮੈਂ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਆ ਹੋਪ ਸਾਰਿਆਂ ਨੂੰ ਪਸੰਦ ਆਊਗਾ ਗਾਣਾ ਔਰ ਭਾਈ ਨੇ ਗਾਇਆ ਵੀ ਬਹੁਤ ਘੈਂਟ ਆ ਮਿਊਜ਼ਿਕ ਵੀ ਬਹੁਤ ਘੈਂਟ ਹੋਇਆ ਲਵੀ ਨੇ ਦਿੱਤਾ ਹੈ ਨਾ ਬਹੁਤ ਵਧੀਆ ਸਾਰੀ ਚੀਜ਼ਾਂ ਜਿਹੜੀਆਂ ਏ ਟੂ ਜੈਡ ਆਪਾਂ ਕੀਤੀਆਂ ਪਰਫੈਕਟ ਕੀਤੀਆਂ ਸੋ ਆਪਾਂ ਜਿਹੜੇ ਆਪਾਂ ਹੁਣ ਵੀਡੀਓ ਕਰਨ ਚੱਲੇ ਹਾਂ ਵੀਡੀਓ ਵੀ ਬਹੁਤ ਘੈਂਟ ਆਪਾਂ ਵੀਡੀਓ ਕਰਨ ਚੱਲੇ ਹਾਂ ਨਾ ਉੱਥੇ ਦੇ ਜਿਹੜੇ ਡਾਇਰੈਕਟਰ ਹੈ ਕਮਲ ਭਾਈ ਉਹ ਕਰਨ ਵਾਲੇ ਆ ਅਤੇ ਵਧੀਆ ਵਧੀਆ ਬਰਾਬਰ ਸ਼ੂਟ ਕਰਕੇ ਸਭ ਵਧੀਆ ਹੋਵੇ पाने जिहड़ी कुड़ी आ प्रियंका ओह भी सोहणी कुड़ी आ ना उहने भी पहिलां बहुत वधिया वधिया काम कीता ਤੇ ਵਧੀਆ ਵਧੀਆ ਹੋਊਗਾ ਵੀਡੀਓ ਵਧੀਆ ਤੁਹਾਨੂੰ ਸਾਰਿਆਂ ਨੂੰ ਐਂਟਰਟੇਨਮੈਂਟ ਵਧੀਆ ਹੋਊਗਾ ਵੀਡੀਓ ਦਾ। ਇੰਡੀਅਨ ਜੀ ਆਪਕੋ ਇਸ ਗਾਨ ਐਲਬਮ ਕੇ ਸਾਥ ਗਾਨ ਆਪਣਾ ਸਿੰਗਲ ਕੇ ਸਾਥ ਕੀ ਕੁਝ ਕੰਟਰੀਬਿਊਸ਼ਨ ਹੈ ਜੋ ਆਪ ਬਤਾਏਗੇ? ਕੰਟਰੀਬਿਊਸ਼ਨ ਮੇਰਾ ਬਸ ਸਪੋਰਟ ਹੀ ਹੈ ਭਾਈਓਂ ਕਾ ਇਹ ਬੜੇ ਭਾਈ ਤਾਜ ਭਾਜੀ ਮੇਰੇ ਸੰਧੂ ਭਾਜੀ ਤੋ ਬਸ ਮੈਂ ਐਸੇ ਹੀ ਕੰਟਰੀਬਿਊਟ ਕਰਦਾ ਹਾਂ ਸਪੋਰਟ ਐਂਡ ਫੁੱਲ ਫੁੱਲ ਲਵ ਤੇ ਮੇਰੇ ਬਾਅਦ ਮੇ ਜੋ ਹੋਗਾ ਤੋ ਦੇਖੇਂਗੇ। ਅੱਛਾ ਅੱਜ ਕੱਲ੍ਹ ਇਹ ਜਿਹੜੇ ਜਦੋਂ ਗਾਣੇ ਤਿਆਰ ਕਰਦੇ ਹੋ ਯੂਥ ਅਪੀਲ ਦੇ ਅੱਜ ਕੱਲ੍ਹ ਦੇ ਆਡੀਅੰਸ ਚੋਇਸ ਹੈ ਕਿੰਨਾ ਕੁ ਜਿਹਨ 'ਚ ਧਿਆਨ ਰੱਖਿਆ ਗਾਣਾ ਤਿਆਰ ਕੀਤਾ ਗਿਆ ਹੈ? ਆਪਾਂ ਗਾਣਾ ਆਪਣੇ ਵੱਲੋਂ ਤਾਂ ਆਪਾਂ ਚਾਹੁੰਦੇ ਹਾਂ ਕਿ ਹਰ ਕਿੱਥੇ ਵੱਜੇ ਹੈ ਨਾ ਗਾਣਾ ਆਪਣੇ ਆਪਾਂ ਹੁਣ ਜਿਹੜਾ 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 ਵੀ ਬੰਦਾ ਜਿਹੜੇ ਵੀ ਸਾਡੇ ਆਰਟਿਸਟ ਆ ਪੰਜਾਬੀ ਗਾਣਾ ਉਹੀ ਕਰਕੇ ਬਣਾਉਂਦੇ ਕਿ ਹਾਂ ਯਾਰ ਜਨਤਾ ਸੁਣੇ ਹੈ ਨਾ ਵਧੀਆ ਅਤੇ ਆਪਾਂ ਜਿਹੜਾ ਗਾਣਾ ਬਣਾਇਆ ਉਹ ਸਾਰਿਆਂ ਲਈ ਆ ਯੂਥ ਲਈ ਵੀ ਆ ਉਹਨਾਂ ਨੂੰ ਬਹੁਤ ਪਸੰਦ ਆਉਣਾ ਕਿਉਂਕਿ ਅੱਜ ਦਾ ਗਾਣਾ ਹੈ ਨਾ ਗਾਣੇ ਦਾ ਨਾਂ ਵੀ ਸਟਰੀਟ ਰੱਖਿਆ ਅਤੇ ਸਟਰੀਟ ਮਤਲਬ ਹੈਗਾ ਇੱਕ ਇੰਗਲਿਸ਼ ਵਰਡ ਆ ਪਰ ਬਹੁਤ ਬਹੁਤ ਵਧੀਆ ਕੋਨਸੈਪਟ ਉਹਦਾ ਬਹੁਤ ਵਧੀਆ ਗਾਣੇ ਦਾ ਬਹੁਤ ਵਧੀਆ ਉਹਨੇ ਉਹਦੇ ਵਿੱਚ ਆਪਾਂ ਵਿਖਾਵਾਂਗੇ। ਸਾਡੇ ਦਰਸ਼ਕਾਂ ਲਈ ਥੋੜ੍ਹਾ ਜਿਹਾ ਝਲਕ ਪੇਸ਼ ਕਰ ਸਕਦੇ ਤੁਸੀਂ? ਗਾਣਾ ਗਾ ਦਈਏ ਜਾਂ ਫਿਰ ਰੈਪ ਗਾ ਦਈਏ ਆਪਾਂ? ਗਾਣਾ ਗਾਣਾ ਭਾਜੀ ਗਾ ਦਿੰਦੇ ਮੈਂ ਜ਼ਿਆਦਾ ਜ਼ਿਆਦਾ ਲਾਈਨਾਂ ਨਹੀਂ ਸੁਣਾ ਸਕਦੇ ਆਪਾਂ ਕਿਉਂਕਿ ਫਿਰ ਤਾਂ ਤੁਹਾਨੂੰ ਫਿਰ ਫਿਲਮ ਪੂਰੀ ਇੱਥੇ ਹੀ ਖੋਲ ਦਾਂਗੇ ਫਿਰ ਕੋਈ ਫਾਇਦਾ ਨਹੀਂ ਉਹਦਾ। ਇੱਕ ਇੱਕ ਲਾਈਨ ਇੱਕ ਇੱਕ ਲਾਈਨ ਹਾਂ ਇੱਕ ਇੱਕ ਲਾਈਨ ਗਾ ਦਿੰਦੇ ਹਾਂ ਨਾ ਅਤੇ ਤੇਰੀ ਸਟਰੀਟ ਦੇ ਉੱਤੇ ਲਾਵੇ ਮੁੰਡਾ ਗੇੜੀਆਂ ਰਿਪੀਟ ਤੇ ਤੂੰ ਕਦੇ ਨਿਗਾਹ ਵੀ ਨਹੀਂ ਮਾਰੀ ਤੇਰੀ ਸਟਰੀਟ ਦੇ ਉੱਤੇ ਲਾਵੇ ਮੁੰਡਾ ਗੇੜੀਆਂ ਰਿਪੀਟ ਤੇ ਤੂੰ ਕਦੇ ਨਿਗਾਹ ਵੀ ਨਹੀਂ ਮਾਰੀ।
रैप का जिहड़ा शक्लो पोला पाला अकलो मैं तेज कुड़ियां कर दियां दिल नू चेज अगे मैं नहीं सुनाउणा क्योंकि अगे तां मैं सुनाऊंगा वधिया वधिया अगे बहुत वधिया लाइना ते तुसी जद गाना रिलीज होगा होप फॉर द बेस्ट सितंबर मैं गाना पक्का रिलीज कर देना तुहानू सारयां नू पसंद आउणा थैंक यू ऑल द बेस्ट थैंक यू जी थैंक यू थैंक यू इंडियन दिल संधु डीजे सरताज ते आज अपा काम भी कर रहे हैं ते और भाई दी फ्यूजन कंपनी है बहुत प्रमोट कर रहे हैं आर्टिस्ट नू बहुत प्रमोट कर रहे हैं ते बाकी भाई दसणगे हुण किदां दानिश जी जरा बताइए किस तरह से संयोग हुआ किस तरह से आपने एक ग्रुप बनाया इनको इकट्ठा किया और किस तरह से ये गाना आप ला रहे हैं जरा बताइए एक्चुअली मेरा नाम दानिश काका है मेरी कंपनी फ्यूजन इवेंट प्लानिंग विच इज यूएस बेस्ड एंड डीजे सरताज वो यूएसए बिलोंग करते हैं ही लिव्स देयर सो दिलप्रीत ही इज माई ओल्ड फ्रेंड लाइक सिक्स ईयर्स बैक वी मेट तो आई थॉट कि लेट्स डू सम एक्सपेरिमेंट एंड let's get together in a one roof and let's do something and it's happening very good they both are so talented you know hopefully I pray this song will be a super duper hit acha you are bringing a new competition yeah. in the Punjabi music industry how much you are charged up and how much I'm very excited things, about what are the things you have kept in mind while you are bringing this to them together I'm very excited about this project because I can feel this is a very good number which is coming out. Dil Sandhu is a superb artist, very nice rapper, and he's a very creative. जो creative लोग होते हैं वो तो आगे बढ़ ही जाते हैं. Nobody can stop them. And Sartaj, DJ Sartaj, he is absolutely a good singer, good musician. So hopefully next month September ending. आप लोग सभी देखोगे because it will be released through T series. दिल इस एल्बम में आपके सामने प्रियंका होंगी एक तो how much you are thrilled and charged up for facing the camera मैं बहुत charged up हूँ जब ना मैं जब कैमरा मेरे अग्गे आंदा मैं उन्हें खा जाना कैमरे नो ते मैं उदा दा नहीं कि मैं रीटेक देने है और रीटेक तो हर बंदा देता पर मेरा उदा दा ही है कि मैं अगर मैं रीटेक भी दिता तो मेरे शॉट मिल जाते उसमें तो मैं बहुत ज़्यादा चार्जअप हाँ और मैं बस वेट नहीं कर रहा मैं फटाफट हम 5 तरीक जावा उत्ते 6 तरीक का साडा शूट आ ते आ भरा अपना इन पंजाबी खाने खाने उत्ते आपे है ना और भाजी आए यूएसए तो 3 दिन इन्होंने पूरा पंजाबी फूड जिहड़ा उत्थे दा सारा पराठे परूठे रोज सवेरे है ना पर शूट तो पहला बहुत मोटा लगना पड़ा तो सरताज जी क्या लगता है कितना किलो वजन बढ़ जाएगा आपका पंजाब जाके पंजाब तो देयर इज नो लिमिट यू नो लिमिट बिफोर द वीडियो यू नो स्ट्रिक्टनेस बट आफ्टर द वीडियो नो प्रॉब्लम क्योंकि जो